से पिछले पासे टोल ओए कांदा तेरे ढोल मर्दी आ नहीं खाने ते मेनू ते लगी आ बहुत ही भूख मैं ते इथो एकनाथ चुक के ते लगूंगा अंदर बड़ा ते उन्हें आख्या मैं तेरे खोल खाने मैं आख्या कोई गल नहीं खोल खाने तां की रोटी मैं खा के आऊंगा तू नहीं जाना ते इत्थे करो ते मैं खाऊंगा ਉਹਨੇ ਅੱਲਾ ਦੇ ਆਸਰੇ ਕਨਾਤ ਚੁੱਕੀ ਤੇ ਅੰਦਰ ਵਾੜ ਹੋ ਗਿਆ ਅੱਗੇ ਸੀ ਜਣਾ ਖਲੋਤੇ ਆ ਲੱਕੜੀ ਮਾਰਿਆ ਧਿਆਨ ਉਹਨੇ ਆਖਿਆ ਉਹ ਗੋਇਆ ਮੈਂ ਕੱਪੜੇ ਵਾਲਾ ਪਤਾ ਨੀ ਕੌਣ ਆ ਵੜਿਆ ਫੜ ਕੇ ਉਹਨੇ ਪੁੱਛਿਆ ਵੀ ਕਿਧਰੋਂ ਆਇਆ ਤੇ ਕਿੱਥੇ ਜਾਣੇ ਉਹਨੇ ਆਖਿਆ ਜੀ ਭੁੱਖ ਲੱਗੀ ਭੁੱਖ ਵਾਸਤੇ ਅੰਦਰ ਲਾਂਗਾ ਉਹ ਲੱਗ ਪਿਆ ਕੁੱਟਣ ਉਹਨੂੰ ਮਾਰਦਿਆਂ 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 ਜਿਹੜੇ ਪਾਸੇ ਬੂਹਾ ਸੀ ਉਸ ਪਾਸੇ ਦੀ ਬਾਹਰ ਕੱਢਿਆ ਉਧਰੋਂ ਨਿਕਲ ਕੇ ਤੇ ਮੁੱਛਾਂ ਤੇ ਹੱਥ ਮਾਰੀ ਜਾਵੇ ਐਂ ਕਰਕੇ ਐਂ ਪੂੰਜੀ ਜਾਵੇ ਤੇ ਹੱਸੀ ਜਾਵੇ ਉਹਦੇ ਵੱਲ ਆ ਕੇ ਸੀ ਉਹ ਖਲੋਤੇ ਆ ਆਂਦਾ ਸੁਣਾ ਉਹਨੇ ਆਖਿਆ ਮਾਨਦਾਰ ਦੀ ਗੱਲ ਬੜਾ ਰੱਜ ਗਿਆ ਸੀ ਕਿਧਰੇ ਗੋਸ਼ਤ ਕਿਹੜੇ ਜ਼ਰਦਾ ਕਿਹੜੇ ਹਲਵੇ ਮੈਂ ਪਹਿਲਾਂ ਉੱਡ ਚੱਲੀ ਆ ਸ਼ਹਿਰ ਥਿੰਗੀ ਫਟਾਫਟ ਜਾ ਉਹਨੂੰ ਤਿਆਰ ਸ਼ਿਆਰ ਕਰਕੇ ਉਹਨੇ ਆਖਿਆ ਇੱਥੋਂ ਦੀ ਲੰਘ ਜਾ ਨਿਕਲ ਕੇ ਮੁੱਛਾਂ ਦੇ ਹੱਥ ਮਾਰੀ ਜਾਵੇ ਟੁੱਟੀ ਜਾ ਉਹਨੇ ਆਖਿਆ ਸੁਣਾ ਖਾਇਆ ਉਹਨੇ ਆਖਿਆ ਤੇਰੇ ਵਾਲੀ ਪਲੇਟ ਚ ਖਾ ਲੱਗਾ ਹੀ ਕੋਈ ਨੀ ਉਸ ਭਾਂਡੇ ਚ ਨਾ ਵੀ ਪਾਇਆ ਸਿਰਫ ਇਹ ਬਈ ਸਾਰੇ ਕੰਮ ਠੀਕ ਨੇ ਅੱਲਾਹ ਤਾਲਾ ਰਸੂਲ ਦੀ ਮਿਹਰਬਾਨੀ ਚਾਹ ਸ਼ੌਕ ਨਾਲ ਬੈਠੇ ਸਿਰਫ ਇਹ ਕਿ ਚੁੰਗ ਝੁੱਟੀਆਂ ਵਾਲਾ ਕੰਮ ਜਿਹੜਾ ਨਾ ਇਹ ਵੀ ਹੁੰਦਾ ਤੇ ਕੋਈ ਥੋੜਾ ਜਿਹਾ ਫਿਰ ਸਿੱਧਾ ਪੱਧਰਾ ਵੀ ਕੰਮ ਕਰਨਾ ਹੀ ਪੈ ਜਾਂਦਾ ਤੇ ਗੱਲ ਸ਼ੁਰੂ ਕੀਤੀ ਸੀ ਜਨਾਬ ਜਿਹੜੇ ਵੇਲੇ ਉਹ ਬੀਵੀ ਦਾ ਖਾਮਦ ਅੱਲਾ ਨੂੰ ਪਿਆਰਾ ਹੋ ਗਿਆ ਆਪਣੇ ਪੁੱਤਰ ਤੇ ਆਸਾਂ ਉਮੀਦਾਂ ਰੱਖ ਲਈਆਂ ਨੇ ਕਿ ਮੇਰਾ ਪੁੱਤਰ ਜਵਾਨ ਹੋਵੇਗਾ ਤੇ ਮੈਨੂੰ ਖੱਟ ਕਮਾ ਕੇ ਖਵਾਏਗਾ ਲੋਕਾਂ ਦੀ ਕੰਮ ਕਿਸੇ ਕਰਨੀ ਸ਼ੁਰੂ ਕਰ ਦਿੱਤੀ ਮਿਹਨਤ ਮਜ਼ਦੂਰੀ ਕਰਕੇ ਤੇ ਆਪਣੇ ਪੁੱਤਰ ਨੂੰ ਉਹ ਪਾਲਦੀ ਓ ਬੱਚਾ ਨੋ ਸੀ ਜੋ ਮਾਂ
ਅਲਾ ਭਾਈ ਉਸ ਮਾਈ ਦੀ ਆਵਾਜ਼ ਨੂੰ ਇੱਕ ਵਲੀ ਅੱਲਾ ਦਾ ਕਾਮਲ ਪਿਆ ਸੁਣਦਾ।